18 ਤੇ 19 ਦੀ ਰਾਤ ਨੂੰ ਏ ਡਿਵੀਜ਼ਨ ਦੇ ਵਿੱਚ ਇੱਕ ਗਲਤੀ ਨਾਮ ਦਾ ਜਿਹੜਾ ਵਿਅਕਤੀ ਹੈ ਉਹਨਾਂ ਦੇ ਘਰ ਤੇ ਉੱਤੇ ਫਾਇਰਿੰਗ ਹੋ ਗਈ ਸੀਗੀ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਇੰਟਰ ਗੈਂਗ ਰਾਈਵਲਰੀ ਟਾਈਪ ਜਿਹੜੀ ਇਹ ਚੀਜ਼ ਉਹ ਇਮਰਜ ਹੋਈ ਸੀ ਇਹ ਸਾਰੇ ਜਣੇ ਲੱਗੇ ਰਹੇ ਇਸ ਕੰਮ ਦੇ ਉੱਤੇ ਦਿਨ ਰਾਤ ਔਰ ਅਸੀਂ ਇਹਦੇ 'ਚ ਬੰਦੇ ਜਿਹੜੇ ਆਈਡੈਂਟੀਫਾਈ ਕੀਤੇ ਪਹਿਲਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਲ 'ਤੇ ਜਦੋਂ ਜਾ ਰਹੇ ਸੀ ਤਾਂ ਉਹਨਾਂ ਦਾ ਐਕਸਚੇਂਜ ਆਫ ਫਾਇਰ ਹੋਇਆ ਜਿੱਥੇ ਪੁਲਿਸ ਨਾਲ ਇਨਕਾਊਂਟਰ ਹੋਇਆ ਅੱਜ ਸਵੇਰੇ ਸੁਲਤਾਨਵਿੰਡ ਦੇ ਏਰੀਏ 'ਚ ਤਾਂ ਉਹਦੇ 'ਚ ਇੱਕ ਬੰਦੇ ਦੇ ਜ਼ਖਮੀ ਹੋਇਆ ਜਿਹੜਾ ਮੁਲਜ਼ਮ ਸੀ ਦੂਸਰਾ ਗ੍ਰਿਫਤਾਰ ਹੋਇਆ ਇਹਦੇ ਜਿਹੜੀ ਹੁਣ ਤੱਕ ਦੀ ਤਫਤੀਸ਼ 'ਚ ਆਇਆ ਕਿ ਦੋ ਵਾਂਟਡ ਸ਼ੂਟਰ ਸੀ ਰੇਸ਼ਮ ਸਿੰਘ ਏਲੀਅਸ ਬਾਊ ਇਹ ਝਬਾਲ ਏਰੀਏ ਦਾ ਰਹਿਣ ਵਾਲਾ ਰੇਸ਼ਮ ਸਿੰਘ ਏਲੀਅਸ ਬਾਊ ਦੂਜਾ ਹੈਗਾ ਗੁਰਵਿੰਦਰ ਏਲੀਅਸ ਗੁਰੀ ਜਿਹਦੇ ਗੋਲੀ ਲੱਗੀ ਹੈ ਔਰ ਇਹ ਦੋਨੋਂ ਬੰਦਿਆਂ ਨੇ ਜਾ ਕੇ ਦੋ ਹੋਰ ਆਪਣੇ ਸਾਥੀਆਂ ਨਾਲ ਇਹ ਜਿਹੜਾ ਇੰਸੀਡੈਂਟ ਸੀ ਏ ਡਿਵੀਜ਼ਨ ਦੇ ਏਰੀਏ 'ਚ ਰਾਮਬਾਗ ਦੇ ਉੱਥੇ ਉਹਨੂੰ ਅੰਜਾਮ ਦਿੱਤਾ ਸੀ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਔਰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਬਹੁਤ ਫਾਸਟ ਅਤੇ ਵਧੀਆ ਤਰੀਕੇ ਨਾਲ ਉਹਨੂੰ ਨਿਭਾਇਆ ਗਿਆ ਔਰ ਇਹ ਕੇਸ ਟ੍ਰੇਸ ਵੀ ਹੋਇਆ ਅਤੇ ਬੰਦੇ ਵੀ ਅਰੈਸਟ ਹੋਏ ਜਿਹੜੇ ਦੂਸਰੇ ਦੋ ਬੰਦੇ ਹੈ ਕੀਤੇ ਜਾਣਗੇ ਇਹਦੇ 'ਚ ਜਿਹੜੀ ਰਿਕਵਰੀ ਹੈਗੀ ਆ ਉਹ ਇੱਕ ਗਲੋਕ ਪਿਸਟਲ ਹੈ ਬੜਾ ਸਫਿਸਟੀਕੇਟਿਡ ਔਰ ਉਹਦੇ ਨਾਲ ਇੱਕ 32 ਬੋਰ ਦਾ ਵੀ ਪਿਸਟਲ ਹੈਗਾ ਇਹਦੇ ਨਾਲ 13 ਰਾਊਂਡਸ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਪਿਛਲੀ ਹਿਸਟਰੀ ਹੈ ਰੇਸ਼ਮ ਸਿੰਘ ਏਲੀਅਸ ਬਾਊ ਜਿਹੜਾ ਮੇਜਰ ਸਿੰਘ ਦਾ ਬੇਟਾ ਝਬਾਲ ਕਲਾਂ ਦਾ 4 FIR ਦਰਜ ਨੇ ਆਰਮਜ਼ ਐਕਟ ਡਕੈਤੀ ਇਹ ਤਰਨ ਤਾਰਨ ਜ਼ੀਰਾ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਨੇ ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਗੁਰੀ ਹੈ ਇਹਦੇ ਖਿਲਾਫ਼ ਵੀ 5 ਡਕੈਤੀ ਦੇ ਮਾਮਲੇ ਨੇ ਆਰਮਜ਼ ਐਕਟ ਦਾ ਮਾਮਲਾ ਲੁਧਿਆਣੇ ਦੇ ਵਿੱਚ ਅਤੇ ਤਰਨ ਤਾਰਨ ਦੇ ਵਿੱਚ ਇਹ ਜਿਹੜਾ ਕੰਪਲੇਨੈਂਟ ਇਸ ਕੇਸ 'ਚ ਹੈਗਾ ਉਹ ਜਸਦੀਪ ਏਲੀਅਸ ਸਾਜਨ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੁੰਦਰ ਨਗਰ ਦੇ ਵਿੱਚ ਉਹ ਵਾਰਦਾਤ ਹੋਈ ਸੀ ਸੋ ਇੱਕ ਇਹ ਹੈਗੀ ਹੈ ਅੱਛਾ ਸਰ ਸਵੇਰੇ ਜਿਹੜੀ ਇੰਸੀਡੈਂਟ ਹੋਇਆ ਉਹਦੇ ਵਿੱਚ ਕਿੰਨੀ ਗੋਲੀਆਂ ਚੱਲੀਆਂ ਨੇ ਤੇ ਕਿਸ ਤਰੀਕੇ ਨਾਲ ਹੋਇਆ ਦੇਖੋ ਗੱਲ ਇਹ ਹੈ ਜਦੋਂ ਮੁਲਜ਼ਮ ਨੂੰ ਘੇਰਦੇ ਆ ਤੁਹਾਨੂੰ ਪਤਾ ਕਿ ਜਿਹੜੇ ਵੈਲ ਆਰਮਡ ਕ੍ਰਿਮੀਨਲਸ ਹੁੰਦੇ ਨੇ ਉਹ ਆਪਣੇ ਡਿਫੈਂਸ ਵਾਸਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਸਾਡੀ ਟੀਮ ਸਤਰਕ ਸੀ ਔਰ ਸਫੀਸ਼ੀਐਂਟ ਫੋਰਸ ਸੀਗੀ ਉਹਦੇ 'ਚ ਹੀ ਆਫੀਸਰਸ ਨੇ ਬੜਾ ਅੱਛਾ ਕੰਮ ਕੀਤਾ ਰਿਟੈਲੀਏਟ ਕੀਤਾ ਔਰ ਉਹਦੇ 'ਚ ਜਿਹੜੇ ਦੋਨੋਂ ਮੁਲਜ਼ਮ ਕਾਬੂ ਕੀਤੇ ਗਏ ਨਹੀਂ ਉੱਥੋਂ ਆਪਣਾ ਜਾ ਰਹੇ ਸੀਗੇ ਨਾ ਜੀ ਜਿਹਦਾ ਦੇਖੋ ਮੁਲਜ਼ਮ ਜਿਹੜਾ ਹੈ ਉਹ ਕੋਈ ਨਾ ਕੋਈ ਆਪਣੇ ਟਿਕਾਣੇ ਬਲਦਾ ਰਹਿੰਦਾ ਔਰ ਪੁਲਿਸ ਦਾ ਕੰਮ ਹੈ ਉਹਨਾਂ ਨੂੰ ਅਸੀਂ ਟਰੇਸ ਕਰਕੇ ਚੇਜ਼ ਕਰਨਾ ਤਾਂ ਪੁਲਿਸ ਫੜ ਨਹੀਂ ਜਾ ਰਹੀ ਸੀ ਉਹਨਾਂ ਨੂੰ ਔਨ ਇਨਫੋਰਮੇਸ਼ਨ ਬੇਸਡ ਇੰਟੈਲੀਜੈਂਸ ਬੇਸਡ ਸਾਡਾ ਇਹ ਓਪਰੇਸ਼ਨ ਸੀਗਾ ਅਸੀਂ ਉਹਨਾਂ ਨੂੰ ਫੜਨ ਵਾਸਤੇ ਹੀ ਪੁਲਿਸ ਪਾਰਟੀ ਉਹਨਾਂ ਦਾ ਪਿੱਛਾ ਕਰ ਰਹੀ ਸੀ ਉਹ ਡਿਟੇਲ ਸਾਰੀ ਦਿੰਦੇ ਹਾਂ ਜੀ ਹੁਣ ਟੋਟਲ ਦੇ ਦਿੰਦੇ ਹਾਂ ਸੁੰਦਰ ਨਗਰ ਇਲਾਕੇ ਦਾ ਤੁਸੀਂ ਦੱਸਿਆ ਜਾ ਰਹੇ ਹੋ ਦੱਸ ਰਹੇ ਹੋ ਕਿ ਫਾਇਰਿੰਗ ਇੰਸੀਡੈਂਟ ਹੈ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹ ਪਰਿਵਾਰ ਕਹਿੰਦਾ ਸੀਗਾ ਸਾਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਸੀਗੀਆਂ ਕਾਫੀ ਲੰਬੇ ਸਮੇਂ ਤੋਂ ਸਰ ਇਹ ਪਤਾ ਲੱਗਦਾ ਹੈ ਇਹ ਕਿਹਨਾਂ ਨਾਲ ਸੰਬੰਧ ਸੀ ਕਿ ਕਿਹੜੀ ਗੈਂਗ ਦੇ ਨਾਲ ਸੰਬੰਧ ਸੀ ਕਿ ਕੋਈ ਫਰੋਕੀ ਦਾ ਮਸਲਾ ਸੀਗਾ ਕੀ ਸੀਗਾ ਦੇਖੋ ਆਪਾਂ ਨੂੰ ਉਸ ਦਿਨ ਤੋਂ ਹੀ ਕਲੀਅਰ ਪਤਾ ਹੈ ਕਿ ਜੋ ਰਿਸਪੋਨਸਿਬਿਲਟੀ ਲਈ ਗਈ ਸੀ ਉਹ ਇੰਟਰ ਗੈਂਗ ਰਾਈਵਲਰੀ ਟਾਈਪ ਜਿਹੜਾ ਇੰਸੀਡੈਂਟ ਹੈ ਹੁਣ ਇਹਨਾਂ ਦੀ ਦੇਖੋ ਪੁੱਛਗਿੱਛ ਹੈ ਬੰਦਾ ਹੌਸਪੀਟਲ 'ਚ ਹੈ ਔਰ ਦੂਸਰੀ ਇਹਦੀ ਪੁੱਛਗਿੱਛ ਹੋ ਰਹੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਇਮੀਡੀਏਟਲੀ ਸਾਰੀ ਇਹ ਕਾਰਵਾਈ ਡੈਫੀਨੇਟਲੀ ਜੀ ਉਹਨਾਂ ਨੇ ਪਹਿਲਾਂ ਕੀਤਾ ਤਾਂ ਹੀ ਅਸੀਂ ਜਿਹੜਾ ਅਟੈਂਪਟ ਟੂ ਮਰਡਰ ਦਾ ਕੇਸ ਰਜਿਸਟਰ ਕੀਤਾ ਦੋਨੋਂ ਸਾਈਡ ਤੋਂ ਫਾਇਰਿੰਗ ਹੋਈ ਹੈ ਔਰ ਉਹਦੇ 'ਚ ਉਹ ਇੰਜਰਡ ਹੋਇਆ